झूठ बोलिए जी आप पिछे अपने को काम होंगे थी कुड़ी भी ना चरवा दें थी बंदा नहीं करता मेरे नाल खबर घर ही नहीं करती छेती जी अपने कढ़ाई करी हुई है जी बकरिया की पढ़ के कढ रहा हाँ जी मैं एक शौक न ही रखता जी बस मैं तो ऐ कहते भी जे छड़ दे बुढ़िया भी चिट्टे कपड़े पा पग बन ठीक है मंडिया च फिर मंडिया फिर भी जी मैं बुढ़ा होके मैं तो हट ही इन्हें दूंगा जी ठीक रगाज बह गया जे मैं एक रखनी पवे चाहे दो रखनी पवे ये तो मेरे नाल ही जान ही है जी सरदार जी गप तो मारने लगे जी 3 किलो दुध है जी माल से फिर के दो टाइम 3 किलो दुध है एक नारियल का दे देंगे एक शीशी दे देने बकरी का दुध बकरी का शेरे तो हूं तक रोग नहीं लग्या बुढ़ा हो गया 70 साल मंगू हो गया भाई जी सारे भी प्यार भरी सत श्री अकाल ठीक ठाक दोस्तों अज की वीडियो तो बहुत ज्यादा खास हैगी एक बंदा भाई शेरा संगरूर का ये बाई ने इन्ने मेहने मारे ना मैं कहना भी तू मेरे लिए आता नहीं पता नहीं तू मेरे ना गुस्से आवै है ना तो अज बी आप संगरूर च आए हुए हैं बई सिरे को आ जी है चार के आपदिया बकरिया पालता गा गलबात करा बई गल पूरी घेंट होगी मेने इन्ने मारे ना मैं सड़ दे गल आखिर बई मैं अजे को आई गया शहर संगरूर के सिरे के को ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇੱਧਰ ਕਰ ਲਾ ਮੂਹਣ ਸਿਰੇ ਹਾਂ ਜੀ ਹਾਂ ਜੀ ਹਾਂ ਹਾਂ ਬਾਈ ਉਹ ਬੁਲਾਈ ਜਾਂਦਾ ਸੀ ਹੁਣ ਤੂੰ ਬੋਲਦਾ ਨਹੀਂ ਮੇਰੇ ਨਾਲ ਬੋਲਦਾ ਬਾਈ ਕਿਸੇ ਮੇਰੇ ਧਿਆਨ ਬੱਕਰੀ ਕਾਦੀ ਹੋ ਗਿਆ ਕੀ ਹਾਲ ਚਾਲ ਨੇ ਜੀ ਉਹ ਬਾਵੇ ਹਾਂ ਵਧੀਆ ਬਾਈ ਮੈਂ ਤੈਨੂੰ ਕਿਸੇ ਕਹਿੰਦਾ ਹੁੰਦਾ ਸੀ ਅੱਜ ਤੁਸੀਂ ਕਿਸੇ ਮੈਨੂੰ ਆਪਦੇ ਆਪ ਹੀ ਹਾਂ ਅੱਜ ਮੇਰੇ ਪਿਆਰ ਨਾਲ ਹੀ ਆ ਗਏ ਹਾਂ ਪਿਆਰ ਨਾਲ ਆ ਗਏ ਹਾਂ ਵੀ ਧੰਨਵਾਦ ਤੇਰੇ ਸਾਬਾਸੇ ਵੀ ਮੇਰੀ ਨਮਾਤ ਸੀ ਠੀਕ ਹੈ ਸਹੀ ਗੱਲ ਹੈ ਕਿ ਮਾਤਾ ਟਾਈਮ ਲੱਗਿਆ ਤੇਰੇ ਆਉਣ ਦਾ ਸੱਚੀ ਉਹ ਬਈ ਟਾਈਮ ਤਾਂ ਅੱਜ ਕੱਲ੍ਹ ਕਬੀਲਦਾਰੀਆਂ ਤੇ ਇਹੋ ਜਿਹੇ ਹੁੰਦੇ ਨੇ ਖਬਰਾਂ ਤੈਨੂੰ ਕਿੰਨੇ ਕੁ ਬੰਦਿਆਂ ਦੇ ਕੰਮ ਸਾਲਨੇ ਹੋਵੇ ਸਹੀ ਗੱਲ ਹੈਗੀ ਖਬਰਾਂ ਤੇਰੇ ਕਿੰਨੇ ਕੁ ਗਾਹਕ ਨਾ ਵੀ ਇਹ ਤਾਂ ਹੈ ਨਹੀਂ ਵੀ ਤੂੰ ਇਕੱਲਾ ਸਿਰੇ ਦੇ ਸਿਰ ਤੇ ਚੱਲਦਾ ਹੋਵੇ ਇੱਕ ਆਪਣੀ ਯਾਰੀ ਦੋਸਤੀ ਹੈ ਹਾਂ ਯਾਰੀ ਹੈ ਸਿਰੇ ਨਾਲ ਬਈ ਸਿਰੇ ਨਾਲ ਸਾਨੂੰ ਬਈ ਲਗਭਗ 4-5 ਸਾਲ ਹੋ ਗਏ ਨਾ ਆਪਾਂ ਨੂੰ ਮਿਲਦੇ ਨੂੰ ਮਿਲਦਾ ਹਾਂ ਹੋ ਗਏ ਜੀ ਹਾਂ ਮਿਲਦੇ ਮੰਡੀਆਂ ਦੇ ਵਿੱਚ ਹੀ ਆ ਬਈ ਮੰਡੀਆਂ ਦੇ ਵਿੱਚ ਹੀ ਵੀ 5 ਸਾਲ ਹੋ ਗਏ ਜੀ ਗੱਲ ਮੁੱਕਦੀ ਕਰ ਵੀ 5 ਸਾਲਾਂ ਦੇ ਵਿੱਚੋਂ ਅੱਜ ਆਪਣੇ ਘਰੇ ਆਇਆ ਨੇ ਪਹਿਲੀ ਵਾਰੀ ਆਇਆ ਨੇ ਅੱਜ ਸੇ ਉਹ ਵੀ ਸੇਰਾ ਲਾਮੇ ਜੇ ਦੇਈ ਜਾਂਦਾ ਸੀ ਵੀ ਤੂੰ ਆਉਂਦਾ ਨਹੀਂ ਅਸੀਂ ਉੱਥੇ ਜੱਫੀਆਂ ਪਾਪਾ ਮਿਲੀ ਜਾਂਦੇ ਤੇ ਚਲ ਕੋਈ ਗੱਲ ਹਾਂ ਇਹ ਕਿੰਨਾ ਟਾਈਮ ਹੋ ਗਿਆ ਕੰਮ ਕਰਦੇ ਨੂੰ ਸਿਰੇ ਬੱਕਰੀਆਂ ਦਾ ਬੱਕਰੀਆਂ ਤਾਂ ਜੀ ਸਾਡੇ ਦੂਜੀ ਤੀਜੀ ਪੀੜ੍ਹੀ 'ਤੇ ਆ ਗਿਆ ਜੀ ਪਹਿਲਾਂ ਮੇਰੇ ਦਾਦਾ ਰੱਖਦਾ ਸੀ ਫਿਰ ਮੇਰਾ ਪਿਓ ਰੱਖਦਾ ਸੀ ਫਿਰ ਮੇਰੇ ਬੜੇ ਭਾਈ ਰੱਖਦੇ ਤੇ ਹੁਣ ਇੱਕ ਉੱਬਾ ਵਾਲਾ ਮੇਰਾ ਭਾਈ ਛੋਟਾ ਕਾਲਾ ਉਹਦੇ ਕੋਲੇ ਨੇ ਹੁਣ ਮੇਰੇ ਕੋਲੇ ਨੇ ਤੇਰੇ ਕੋਲੇ ਨੇ ਹਾਂ ਬਾਕੀ ਜੀ ਆਪਦੇ ਕੰਮਾਂ 'ਚ ਹੋ ਗਏ ਦੂਸਰੇ ਅਸੀਂ 6 ਭਾਈ ਹਾਂ ਜੀ ਠੀਕ ਪੜ੍ਹਾਈ ਕਿੰਨੀ ਕਰੀ ਹੋਈ ਹੈਗੀ ਪੜ੍ਹਾਈ ਤਾਂ ਕੁਛ ਨਹੀਂ ਕਰੀ ਹੋਈ ਜੀ ਇੱਕ ਆਪਣੀ ਕਢਾਈ ਕਰੀ ਹੋਈ ਹੈ ਜੀ ਬੱਕਰੀਆਂ ਦੀ ਉਹ ਕਿਵੇਂ ਕਰੀ ਹੋਈ ਹੈ ਵੀ ਪੜ੍ਹ ਕੇ ਕੱਢ ਰਿਹਾ ਕੜੇ ਹੋਇਆ ਠੀਕ ਆ ਜੀ ਕੱਢ ਕੇ ਤੇਲ ਵਾਂਗੂ ਹਾਂ ਤੇਲ ਵਾਂਗੂ ਕੜੇ ਹੋਇਆ ਬੱਕਰੀ ਦੀ ਨੋਲਜ ਹੈਗੀ ਵੀ ਬੱਕਰੀ ਦਾ ਆਪਾਂ ਕਿਸੇ ਬੱਚਾ ਵੀ ਬਿੰਗਾ ਟੇਢਾ ਹੋਇਆ ਉਹ ਵੀ ਸੈੱਟ ਕਰ ਦਾਂਗੇ ਬੱਕਰੀ ਐਂ ਵੀ ਦੱਸ ਦਾਂਗੇ ਵੀ ਕਿੱਧਰ ਨੂੰ ਜਾਊਗੀ ਕਿਵੇਂ ਤੁਰੂਗੀ ਕਿਵੇਂ ਖੜੂਗੀ ਫਿਰ ਉਹਨੂੰ ਖੜਾਉਣ ਵੀ ਜਾਣਦੇ ਆ ਫਿਰ ਉਹਨੂੰ ਮੰਡੀ ਵੇਚਣ ਵੀ ਜਾਣਦੇ ਆ ਵੀ ਕਿਹੜੇ ਹਿਸਾਬ ਨਾਲ ਹੀ ਵੇਚਣੀ ਹੈ ਵੀ ਸੁਆ ਕੇ ਵੇਚਣੀ ਹੈ ਕਿ ਫੰਡਰ ਵੇਚਣੀ ਹੈ ਠੀਕ ਹੈ ਸਾਰਾ ਕੁਝ ਪਤਾ ਹਾਂ ਕਿਉਂ ਫੰਡਰ ਨੂੰ ਤਾਂ ਕੋਈ ਦੇਣ
ਦੇਣਾ ਨਹੀਂ ਫਿਰ ਐ ਹੋਇਆ ਬਈ ਤਿਆਰ ਹੋ ਗਈ ਬੱਕਰੀ ਉਦੋਂ ਵੇਚਾਂਗੇ ਇਹ ਸਿੱਖਿਆ ਕਿੱਥੋਂ ਇੰਨਾ ਕੁਛ ਰੇ ਇੰਨਾ ਕੁਛ ਤਾਂ ਜੀ ਸਾਡੇ ਪੀੜ੍ਹੀਆਂ 'ਤੇ ਮਾਲ ਚੱਲਦਾ ਸੀ ਤੇ ਇਹ ਬੱਚਾ ਬਿੰਗਾ ਟੇਢਾ ਹੋਊਗਾ ਉਹ ਵੀ ਹੱਥ ਦੇ ਕੇ ਕੱਢ ਦਾਂਗੇ ਜੀ ਉਹਦਾ ਵੀ ਪਤਾ ਹੈਗਾ ਵੀ ਹਾਂ ਵੀ ਐਂ ਵੀ ਦੱਸ ਦੂੰਗਾ ਅਗਲੇ ਨੂੰ ਮਾਲਕ ਨੂੰ ਵੀ ਇਹ ਬੱਚਾ ਹੁਣ ਕਿਸੇ ਬੱਕਰੀ ਦਾ ਮਰਿਆ ਹੋਇਆ ਨਾ ਬੱਕਰੀਆਂ ਪਹਿਲਾਂ ਮੇਰੇ ਕੋਲ ਵਧੀਆ ਇੱਜੜ ਹੁੰਦਾ ਸੀ ਜੀ ਭੇਡਾਂ ਹੁੰਦੀਆਂ ਮੈਨੂੰ ਉਹਦੇ ਵਿੱਚੋਂ ਜੀ ਮੈਨੂੰ ਕੁੜੀ ਦਾ ਵਿਆਹ ਕਰਨਾ ਪੈ ਗਿਆ ਮੈਨੂੰ ਜੀ ਭੇਡਾਂ ਮਾਲ ਵੇਚਤਾ ਜੀ ਫਿਰ ਮੈਨੂੰ ਬੱਕਰੀਆਂ ਕੱਲੀ ਬੱਕਰੀਆਂ ਰੱਖ ਲਈਆਂ ਜੀ ਠੀਕ ਹੈ ਜਵਾਕ ਕਿੰਨੇ ਨੇ ਬਈ ਜਵਾਕ 6 ਨੇ ਜੀ 6 ਜਵਾਕ ਨੇ ਹਾਂਜੀ ਠੀਕ ਆ ਕਿੱਡੇ ਕਿੱਡੇ ਕਿੰਨੇ ਜਵਾਕ 4 ਹੈ ਕਿੱਡੇ ਕਿੱਡੇ ਜਵਾਕ ਨੇ ਜਵਾਕ ਦੋਤੇ ਪੋਤੇ ਨੇ ਜੀ ਦੋਤੇ ਪੋਤੇ ਹੋ ਗਏ ਵਧੀਆ ਹੋ ਗਏ ਹਾਂ ਵਧੀਆ ਹੋ ਗਏ ਜੀ ਠੀਕ ਹੈ ਵਿਆਹ ਤੇ ਸਾਰੇ ਇੱਕ ਕੋਈ ਰਹਿੰਦਾ ਹਜੇ ਨਾ ਜੀ ਵਿਆਹ ਤੇ ਸਾਰੇ ਵਿਆਹ ਤੇ ਬਸ ਇੱਕ ਕੁੜੀ ਰਹਿੰਦੀ ਹੈ ਵੀ ਉਹਦੇ ਵਾਸਤੇ ਲੱਭਦੇ ਫਿਰਦੇ ਆ ਉਹਦੇ ਵਾਸਤੇ ਲੱਭਦੇ ਫਿਰਦੇ ਹਾਂ ਲੱਭਦੇ ਫਿਰਦੇ ਆ ਵੀ ਕੋਈ ਨਾ ਕੋਈ ਸਮਝ ਲੈ ਵੀ ਕੋਈ ਠਿਕਾਣਾ ਵਧੀਆ ਮਿਲ ਗਿਆ ਕੁੜੀ ਪੜ੍ਹੀ ਲਿਖੀ ਹੈ ਵਧੀਆ ਸਮਝ ਲੈ ਉਹ ਟੀਚਰ ਲੱਗੀ ਹੋਈ ਹੈ ਪ੍ਰਾਈਵੇਟ ਲੱਗੀ ਹੋਈ ਹੈ ਪ੍ਰਾਈਵੇਟ ਲੱਗੀ ਹੋਈ ਹੈ ਹਾਂ ਠੀਕ ਹੈ ਪੜ੍ਹਾ ਤੇ ਸਾਰੇ ਜਵਾਕ ਹਾਂ ਜਵਾਕ ਪੜ੍ਹਾ ਲਿਖਾ ਤੇ ਜੀ ਜਵਾਕ ਆਪਦੇ ਆਪਦੇ ਕੰਮਾਂ ਤੇ ਹੈ ਜੀ ਠੀਕ ਇੱਕ ਮੁੰਡਾ ਬੋਰਾ ਦਾ ਕੰਮ ਕਰਦਾ ਜੀ ਇੱਕ ਮੁੰਡਾ ਆਪਣਾ ਗੱਲਬਾਤ ਕੋਈ ਫਿਰ ਗੱਲਬਾਤ ਭਰਾਵਾ ਹੁਣ ਆਪਣੇ ਬੱਕਰੀਆਂ ਦੀ ਗੱਲਬਾਤ ਹੈ ਬੱਕਰੀਆਂ ਦਾ ਮੈਂ ਬਿਜ਼ਨਸ ਕਰਦਾ ਬੱਕਰੀ ਲੈ ਵੀ ਲੈਣਾ ਵੇਚ ਵੀ ਲੈਣਾ ਲੈ ਵੀ ਆ ਬੱਕਰੀਆਂ ਦਿਖਾ ਦੇ ਸਿਰੇ ਕੋਲੇ ਬੱਕਰੀਆਂ ਚੰਗੀਆਂ ਰੱਖੀਆਂ ਹੋਈਆਂ ਨਾ ਸਿਰੇ ਬੱਕਰੀਆਂ ਹਾਂ ਬੱਕਰੀਆਂ ਆਪਾਂ ਰੱਖਾਂਗੇ ਤਾਂ ਦੁੱਧ ਵਾਲੀ ਬੱਕਰੀਆਂ ਰੱਖਦੇ ਹਾਂ ਜੀ ਦੁੱਧ ਵਾਲੀ ਬੱਕਰੀ ਹਾਂ ਬੱਕਰੀਆਂ 'ਚ ਥੋੜ੍ਹੀਆਂ ਰੱਖ ਲਈਏ ਰੱਖਾਂਗੇ ਕੰਮ ਦੀ ਬੱਕਰੀ ਜੀ ਰੱਖਾਂਗੇ ਕੰਮ ਦੀ ਠੀਕ ਹੈ ਹੋਰ ਕਿਹੜਾ ਕੰਮ ਆ ਇਸ ਤੋਂ ਇਲਾਵਾ ਸਿਰੇ ਇਹ ਤਾਂ ਇਲਾਵਾ ਹੁਣ ਮੈਂ ਤੁਹਾਨੂੰ ਦੱਸਿਆ ਤਾਂ ਤੀ ਵੀ ਇੱਕ ਮੇਰਾ ਬੇਟਾ ਇਹਦਾ ਸਮਰਸੀਬਲਾਂ ਦਾ ਕੰਮ ਨਾਲ ਕਿੰਨੇ ਰਹਿੰਦੇ ਨੇ ਮੁੰਡੇ ਤੇਰੇ ਹੁਣ ਹੈਂ ਤੇਰੇ ਨਾਲ ਕਿੰਨੇ ਰਹਿੰਦੇ ਨੇ ਹੁਣ ਨਾਲ ਮੇਰੇ ਦੋ ਮੁੰਡੇ ਰਹਿੰਦੇ ਨੇ ਦੋ ਮੁੰਡੇ ਨਾਲ ਰਹਿੰਦੇ ਨੇ ਨਾ ਠੀਕ ਆ ਹਾਂ ਠੀਕ ਹੈ ਜੀ ਉਹ ਕੰਮ ਕਰਦੇ ਨੇ ਵਧੀਆ ਉਹ ਕੰਮ ਕਰਦੇ ਨੇ ਤੂੰ ਤਾਂ ਫਿਰ ਇੱਧਰ ਵਿਹਲਾ ਤੂੰ ਤਾਂ ਹੁਣ ਮੈਂ ਤਾਂ ਹਾਂ ਜੀ ਮੈਂ ਤਾਂ ਇੱਕ ਸ਼ੌਂਕ ਨਾਲ ਹੀ ਰੱਖਦਾ ਜੀ ਬਸ ਮੈਨੂੰ ਤਾਂ ਐਂ ਕਹਿੰਦੇ ਵੀ ਜੇ ਛੱਡ ਦੇ ਬੁੜਿਆ ਵੀ ਚਿੱਟੇ ਕੱਪੜੇ ਪਾ ਚੰਗੀ ਪੱਗ ਬੰਨ ਠੀਕ ਹੈ ਮੰਡੀਆਂ 'ਚ ਫਿਰ ਵੀ ਮੰਡੀਆਂ ਤਾਂ ਫਿਰ ਵੀ ਕਿਸੇ ਵੀਡੀਓ ਬਣਾਉਂਦਾ ਫਰੀ ਜਾ ਵੀ ਹਟਦਾ ਤਾਂ ਵੀ ਨਹੀਂ ਮੰਨ ਲੱਗਦਾ ਹਾਂ ਹਟਦਾ ਹੈ ਨਹੀਂ ਫਿਰ ਵੀ ਮੈਂ ਹਟਦਾ ਹਾਂ ਨਹੀਂ ਵੀ ਮੈਨੂੰ ਤਾਂ ਜਵਾਕ ਜਵਾਬ ਦਿੰਦੇ ਨੇ ਵੀ ਬੁੜਾ ਕਾਹਨੂੰ ਤੂੰ ਲਿਬੜਿਆ ਫਿਰਦੇ ਜੇ ਕੰਮ ਕਰੀ ਜਾਂਦਾ ਨਾ ਬੱਕਰੀਆਂ 'ਤੇ ਖੁਰ ਵਡਾਈ ਜਾਂਦਾ ਨਾ ਤੇ ਕੁੜੀ ਵੀ ਘੂਰਦੀ ਹੈ ਮੈਨੂੰ ਹਟਦਾ ਕਾਹ ਤੂੰ ਨਹੀਂ ਵੀ ਫਿਰ ਗੱਲ ਕੀ ਹੈ ਤੂੰ ਘਰੇ ਬਜਾ ਰਹਾ ਹੁਣ ਟਿੱਕੇ ਜੀ ਸਰਦਾਰ ਜੀ ਮੈਂ ਹੀ ਨਹੀਂ ਬੈਠਦਾ ਮੈਨੂੰ ਕਿਸੇ ਇਹ ਕੁੱਤੇ ਵਾਲਾ ਕੰਮ ਹੈ ਜੀ ਕੋਈ ਕੁੱਤੇ ਨੂੰ ਹੱਡੀ ਫੈਂਕਦੇ ਕੁੱਤਾ ਕੁੱਤੇ ਨੂੰ ਕੋਈ ਮਾਸ ਤੋਂ ਮਿਲਦਾ ਨਹੀਂ ਉਹ ਕੁੱਤਾ ਹੱਡੀ ਨੂੰ ਚਬੜੀ ਜਾਂਦਾ ਹੁੰਦਾ ਨਾ ਹੈਂ ਇਹ ਮੇਥੋਂ ਛੁੱਟਦਾ ਨਹੀਂ ਜੀ ਮੈਂ ਬੁੜਾ ਹੋ ਕੇ ਮੈਂ ਤਾਂ ਹੱਡੀ ਇਹਨਾਂ 'ਚ ਦੇਊਂਗਾ ਜੀ ਠੀਕ ਆ ਰਗਾਂ 'ਚ ਬਹਿ ਗਿਆ ਰਗਾਂ 'ਚ ਬਹਿ ਗਿਆ ਜੇ ਮੈਨੂੰ ਇੱਕ ਰੱਖਣੀ ਪਵੇ ਚਾਹੇ ਦੋ ਰੱਖਣੀ ਪਵੇ ਇਹ ਤਾਂ ਮੇਰੇ ਨਾਲ ਹੀ ਜਾਣੀ ਆ ਜੀ ਸਰਦਾਰ ਜੀ ਬਾਈ ਕਹਿੰਦਾ ਬੱਕਰੀ ਤਾਂ ਮੇਰੇ ਨਾਲ ਹੀ ਜਾਣਗੀਆਂ ਕਹਿੰਦਾ ਹਾਂ ਸਹੀ ਗੱਲ ਆ ਬਈ ਇਹ ਕੰਮ ਨਹੀਂ ਛੱਡਦਾ ਵੀ ਮੈਨੂੰ ਵਧੀਆ ਕੰਮ ਹੈ ਜਾਂ ਨਹੀਂ ਹੈ ਕੀ ਗੱਲਬਾਤ ਇਹ ਬਈ ਇਹ ਵਧੀਆ ਕੰਮ ਹੈ ਜੀ ਮੈਂ ਕਿਸੇ ਮੇਥੋਂ ਛੁੱਟਦਾ ਨਹੀਂ ਜੀ ਮੇਰੇ ਜਵਾਕ ਕਹਿੰਦੇ ਨੇ ਵੀ ਤੂੰ ਰਹਿਣ ਦੇ ਮੈਂ ਨਹੀਂ ਛੱਡਦਾ ਜੀ ਮੈਂ ਕਹਿੰਦਾ ਵੀ ਮੈਂ ਕਿਸੇ ਨਾਲ ਹੀ ਲੜਾਈ ਕਰੂੰਗਾ ਜਾਂ ਇੱਥੇ ਅੱਡੇ ਤੇ ਇੱਥੇ ਬੈਠੂੰਗਾ ਸਮਝ ਲੈ ਪੁਰਤੇ ਬੈਠੂੰਗਾ ਕਿਸੇ ਨਾਲ ਤਾਸ਼ ਖੇਡਾਂਗੇ ਨਾ ਖਾਓ ਹਾਂ ਤਾਸ਼ ਖੇਡਾਂਗੇ ਇੱਧਰ ਉੱਧਰ ਚੁਗਲੀ ਕਰਾਂਗੇ ਹਾਂ ਚੁਗਲੀ ਕਰਾਂਗੇ ਕਿਸੇ ਨਾਲ ਹੀ ਹੱਥਾ ਪਾਈ ਹੋਵਾਂਗੇ ਹੁਣ ਠੀਕ ਆ ਵੀ ਮੈਨੂੰ ਤਾਂ ਅੱਗੇ ਹੀ ਮੰਡੀ ਤੇ ਬੋਲਦੇ ਨੇ ਵੀ ਲੜਾਕੂ ਹੈ ਤੇਰਾ ਲੜਾਕੂ ਹੈ ਕਹਿੰਦੇ ਬਈ ਉੱਧਰੋਂ ਹੀ ਸਰ ਜਾਂਦਾ ਨੇ ਵੀ ਉੱਧਰੋਂ ਤੋਂ ਮੈਂ ਚੱਲ ਚੁੱਪ ਚੱਪ ਕਰਕੇ ਵੀ ਆ ਜਾਂਦੇ ਆ ਵੀ ਕਿਸੇ ਉੱਥੋਂ ਤੋਂ ਭੈਣ ਭਾਈਆਂ ਨਾਲ ਹੀ ਕਿਸੇ ਲੜਨ ਵਾਲੀ ਆਦਤ ਕਰਕੇ ਬਈ ਇੱਧਰ ਇਕੱਲਾ ਰਹਿੰਦਾ ਵੀ ਐਵੇਂ ਕਿਸੇ ਨੂੰ ਕੁੱਟ ਦੂੰਗਾ ਮੈਂ ਆ ਵੀ ਇਕੱਲਾ ਹੀ ਰਹਿਣਾ ਮੈਂ ਤਾਂ ਸਮਕਾ ਵੀ ਕਿਸੇ ਦਾ ਇੰਨਾ ਸੇਗਾ ਵੀ ਨਹੀਂ ਕਰਦਾ ਹਾਂ ਸੇਗਾ ਵੀ ਨਹੀਂ ਕਰਦਾ ਹਾਂ ਵੀ ਚੱਲ ਮੇਰਾ ਤਾਂ ਇਕੱਲੇ ਨਾਲ ਹੀ ਕਿਸੇ ਆਪਣਾ ਨਜ਼ਾਰੇ ਨਾਲ ਹੀ ਰਹਿਣਾ ਘੈਂਟਾ ਸੇਰਾ ਬਈ ਇਹੀ ਗੱਲ ਵੀ ਆਪਾਂ ਕੋਰੇ ਕਰਾਰੇ ਬੰਦੇ ਆ ਜੀ ਕਿਸੇ ਨਾਲ ਹੀ ਠੱਗੀ ਨਹੀਂ ਕਰਦੇ ਬੱਕਰੀ ਲਿਆਵਾਂਗੇ ਅਗਲੇ ਨੇ ਨਗਦ ਦੇਵਾਂਗੇ ਅੱਜ ਤੱਕ ਕਿੰਨੇ ਸਾਲ ਹੋ ਗਏ ਮੰਡੀ ਤੇ ਜਾਂਦੇ ਹਨ ਜਿੱਥੇ ਦੀ ਮੰਡੀ ਲੱਗਦੀ ਹੈ ਕਦੇ ਕੋਈ ਬੰਦਾ ਐਂ ਕਹਦੇ ਵੀ ਸ਼ੇਰੇ ਕਾਹਦੀ 4 ਪੈਸੇ ਰਹਿੰਦੇ ਨੇ ਠੀਕ ਆ ਹਾਂ ਕੋਰਾ ਕਰਾਰਾ ਬੰਦਾ ਨਾ ਕੋਰੇ ਕਰਾਰੇ ਆ ਜੀ ਵੀ ਆਪਾਂ ਆਪਣਾ ਦੇਣ ਲੈਣ ਸਹੀ ਹੈ ਠੀਕ ਆ ਹਾਂ
पहले। हाँ ये गल्ला ने जी, ये नहीं है आज ही कल आज ही उधरों मेरे घर वाली भी कुद के पऊ, मेरे जवाक भी ये बंदा पैसा पीछे क्यों आया। सही गल है ना, घरे नहीं आता कोई पैसा लेने वास्ते ना, बार बार नहीं मिलते ना भी हाँ, चक। कोई बाई चांस हो भी गया भी जंदा भी कितने बाई चांस पैसे ना लेके जावा मंडी च, ਉਹ ਫਿਰ ਮੈਂ ਉੱਥੇ ਹੀ ਨਿਬੇੜ ਦੇਣਾ ਕਿਹੜਾ। ਉਹ ਚਰਨੇ ਤੇ ਪੈਸੇ ਦੇਣੇ ਤੇ ਉੱਥੇ ਮੈਂ ਲਿਖਾਈ ਕਰਨ ਲੱਗਾ, ਮੈਂ ਚੜਨਾ ਜਾ ਰਿਹਾ ਸੀ ਟੈਂਪੂ ਚ ਮਾਲ ਲੱਦ ਰਿਹਾ ਸੀ, ਮੈਂ ਉਹਨੂੰ ਹਾਕ ਮਾਰ ਕੇ ਪੈਸੇ ਦਿੱਤੇ। ਮਹਾਂ ਬਈ ਚਰਨਾ ਤੇਰੇ ਪੈਸੇ ਲਿੱਤੇ ਰਹਿੰਦੇ ਤੇ ਵੀ ਆਪਾਂ ਸੌਦਾ ਕਰਿਆ ਸੀ ਜ਼ਰੂਰੀ ਆ। ਹਾਂ ਉਹਨੂੰ ਹਾਕ ਮਾਰ ਕੇ ਫਿਰ ਚਰਨੇ ਨੂੰ ਪੈਸੇ ਦਿੱਤੇ, ਅੱਜ ਚਰਨਾ ਮੈਨੂੰ ਜਵਾਬ ਨਹੀਂ ਦਿੰਦਾ। ਹਾਂ ਔਖਾ ਕਿੰਨਾ ਕਹੇ ਕੰਮ ਬਈ, ਔਖਾ ਤਾਂ ਇੰਨਾ ਕਹਿ ਜੀ, ਔਖਾ ਵੀ ਹੈ ਸਕਾਲਾ ਵੀ ਹੈ ਜੀ। ਸਕਾਲਾ ਵੀ ਆ, ਹਾਂ ਕਿਵੇਂ ਇਹ, ਹਾਂ ਕਿਵੇਂ ਔਖਾ ਤਾਂ ਐਂ ਜੀ, ਇਕੱਲੇ ਕਲਾਪੇ ਬੰਦੇ ਨੂੰ ਪਾਣੀ ਦਾ ਦਾਣੀ ਦਾ ਦੋ ਹੋਵੇ ਚੱਲ ਸੇਕਾ ਹੁੰਦਾ, ਗੱਲਾਂ ਬਾਤਾਂ ਕਰ ਲੈਣਾ, ਉਹ ਮੈਨੂੰ ਕੁਛ ਬੋਲੂ ਮੈਂ ਉਹਨੂੰ ਕੁਛ ਬੋਲਾਂ, ਬਸ ਇੰਨੇ ਨਾਲ ਹੀ ਟੇਮ ਲੰਘ ਜਾਂਦਾ ਹੈ। ਹੁਣ ਮੈਨੂੰ ਹੁੰਦਾ ਨੀ ਕੋਈ ਨਾਲ ਬੰਦਾ, ਆਪਾਂ ਬੰਦਾ ਰੱਖਦੇ ਹੀ ਨੀ, ਹੁਣ ਆਪਣਾ ਟੇਮ ਲੰਘ ਗਿਆ ਬਸ, ਚਲੋ ਠੀਕ ਹੈ ਬੰਦਾ ਨੀ ਕੱਢਦਾ, ਮੇਰੇ ਨਾਲ ਤਾਂ ਖਬਰਾਂ ਘਰਾਂ ਹੀ ਨਹੀਂ ਕੱਢਦੀ ਛੇਤੀ ਜੀ। ਸਾਫ ਸੁਥਰੀ ਗੱਲ ਦੱਸਦਾ ਭੈਣ ਦਿਲ ਦਾ, ਅਗਲਾ ਕਹੂਗਾ ਮੇਰੇ ਘਰਵਾਲੀ ਮੇਰੇ ਨਾਲ ਡੰਗਣੀ ਤੁਰਦੀ, ਮੇਰੇ ਨਾਲ ਜਾਏ ਜੱਫੀਆਂ ਪਾਪਾ ਤੁਰਦੀ ਆ। ਆਏ ਨੀ ਆਪਾਂ ਦੇ ਕਿਸੇ, ਆਪਾਂ ਤਾਂ ਟੇਮ ਨਾਲ ਹੀ ਗੱਲ ਕਰਦੇ ਹਾਂ। ਹਾਂ ਦੋ ਰੋਟੀ ਦੇ ਦੇ ਠੀਕ ਹੈ, ਦੋ ਰੋਟੀਆਂ ਖਾ ਕੇ ਨਾ ਪਾਣੀ ਠੰਡਾ ਪੀ ਕੇ ਤੁਰਦੇ ਲੱਗਦੇ ਹਾਂ, ਤੁਰਦੇ ਲੱਗਦੇ। ਹਾਂ ਜੀ ਹਾਂ ਸਹੀ ਗੱਲ ਹੈ, ਚਾਹ ਦੇਵੇ ਉਹਦੀ ਮਰਜ਼ੀ ਆ, ਨਹੀਂ ਚਾਹ ਦੇਊਗੀ ਤਾਂ ਉਹਦੀ ਮਰਜ਼ੀ ਹੈ। ਸਹੀ ਗੱਲ ਹੈ, ਸਹੀ ਗੱਲ ਹੈ ਬਈ। ਸੰਗਰੂਰ ਤੇ ਬੈਠਾ ਹੈ ਨਾ, ਔਖਾ ਤਾਂ ਨੀ ਲੱਗਦਾ ਹੈਗਾ ਪੂਰੇ ਸ਼ਹਿਰ ਦੇ ਵਿੱਚ? ਨਹੀਂ ਜੀ ਕੋਈ ਐਡੀ ਕੋਈ ਕੋਈ ਖਾਸ ਗੱਲ ਨਹੀਂ ਹੈਗੀ ਜੀ, ਇਹ ਤਾਂ ਗੱਲ ਕਰ ਬਸ ਇੱਕ ਮੈਨੂੰ ਇੱਕ ਸ਼ੌਂਕ ਲਾਈ ਦੇਖੀ ਹੋਈ ਨਾ, ਮੈਂ ਵੱਧ ਵੀ ਰੱਖ ਸਕਦਾ ਜੀ। ਅੱਛਾ ਹਾਂ ਠੀਕ ਆ, ਪਿੰਡਾਂ 'ਚ ਤਾਂ ਹੁੰਦੀ ਆ ਚਰਾਂਦ, ਉਰੇ ਚਰਾਂਦ ਕਿਵੇਂ ਆ ਬਈ? ਉਰੇ ਚਰਾਂਦ ਵਧੀਆ ਜੀ, ਆ ਦੇਖ ਡੇਕਾ ਤੇਰੇ ਸਾਹਮਣੇ ਆਲੇ ਦੁਆਲੇ। ਲੈ ਹਾਂ ਜੀ ਹਾਂ ਠੀਕ ਆ, ਆ ਡੇਕਾ ਦੇਖ ਲੈ ਤੇਰੇ ਸਾਹਮਣੇ, ਆ ਪੁਲਿਸ ਲਾਈਨ ਤੇ ਕਿਸੇ ਆਪਣਾ ਨੇੜੇ ਪੈਂਦੇ ਆ ਜੀ, ਪੁਲਿਸ ਲਾਈਨ ਦੇ ਨੇੜੇ ਨਾ ਇਹ ਪੁਲਿਸ ਰੇੜੀ ਰੋਡ, ਰੇੜੀ ਰੋਡ ਧੂਰੀ ਨੂੰ ਜਿਹੜੀ ਗੁਰਦਾਸਪੁਰ ਉਹਨੂੰ ਸੜਕ ਜਾਂਦੀ ਹੈ ਉੱਥੇ ਆ। ਹਾਂ ਉੱਥੇ ਆ ਜੀ, ਸੂਏ ਤੇ ਮਸਜਿਦ ਦੇ ਨਾਲ ਸ਼ੇਰਾ ਸਿੰਘ ਮੁਰਗਿਆਂ ਦਾ ਵੀ ਵਪਾਰ ਕਰਦੇ ਆ ਜੀ, ਬੱਕਰੀਆਂ ਦਾ ਵੀ ਕਰਦੇ ਆ। ਵਪਾਰ ਕਰਦੇ ਹੋ? ਆ ਬਸ ਮੁਰਗੇ ਵੀ ਵੇਚ ਦਾਂਗੇ, ਬੱਕਰੀ ਵੀ ਦੇ ਸਕਦੇ ਆ, ਲੈ ਵੀ ਸਕਦੇ ਆ ਜੀ, ਦੋਨੇ ਕੁਝ ਰੱਖੀ ਰੱਖਦੇ ਹੋ? ਹਾਂ ਜੀ ਹਾਂ ਠੀਕ ਆ। ਐਂ ਕਰ ਬੱਕਰੀਆਂ ਦਿਖਾ ਚੱਲ ਆਪਾਂ, ਨਾ ਨਾ ਗੱਲਾਂ ਬਾਤਾਂ ਕਰਾਂਗੇ ਨਾ। ਆਹ ਵੜ ਪਹਿਲਾਂ ਵੱਡੀ ਬੱਕਰੀ। ਅੱਛਾ ਜੀ, ਚੰਗੀਆਂ ਬੱਕਰੀਆਂ ਰੱਖਦਾ ਸ਼ੇਰ, ਇਹੋ ਜਿਹੀ ਗੱਲ ਨਹੀਂ ਹੈਗੀ। ਇਕੱਲੀਆਂ ਗੱਲਾਂ ਚੰਗੀਆਂ ਕਰਦਾ, ਬੱਕਰੀਆਂ ਵੀ ਚੰਗੀਆਂ ਰੱਖਦਾ ਬਈ। ਆਇਆ ਸਿਰ ਆਹੀ ਫੜ ਲਾ, ਚੱਲ ਲਿਆ ਫੜ ਕੇ ਲਿਆ, ਜਿਹੜੀ ਮਰਜ਼ੀ ਫੜ ਲਿਆ, ਇਹ ਵੀ ਦਿਖਾ ਦੇ ਬਹੂ ਮਾੜਾ ਜਿਹਾ ਨਾ ਤੁਰ ਫਿਰ ਕੇ। ਆਇਆ ਜਾ ਨੇੜੇ, ਆ ਜਾ ਗਾ ਥੋੜ੍ਹਾ ਜਿਹਾ, ਦੱਸ ਸਿਰ ਇਹਦੇ ਬਾਰੇ ਦੱਸ। ਹਾਂ ਹਾਂ ਗੱਲਾਂ ਤਾਂ ਕਰ ਲਈਆਂ ਸਿਰੇ ਨਾਲ ਬਈ, ਘੈਂਟ ਘੈਂਟ। ਹਾਂ ਹਾਂ ਕਮੈਂਟ ਕਰ ਦਿਓ ਸਿਰੇ ਬਾਤ, ਇਕੱਲੀ 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 ਹੁਣ ਛੱਡ ਦੇ, ਦੱਸ ਇਹਦੇ ਬਾਰੇ, ਸ਼ੇਰੀ ਬਾਰੇ। ਹਾਂ ਜੀ ਹਾਂ, ਆਪਦੇ ਨਾਲ ਦੀ ਬੱਕਰੀ ਫੜ ਕੇ ਲੈ ਕੇ ਆਇਆ ਬਈ ਸ਼ੇਰੀ, ਇਹ ਸ਼ੇਰਾ ਇਹ ਸ਼ੇਰੀ। ਦੱਸ ਫਿਰ ਕਿੰਨੇ ਸੂਏ ਲੈ ਲਏ ਬਈ ਤੂੰ ਇਹਨੂੰ? ਸੂਏ ਹਰੇਕ ਬੰਦਾ ਨਹੀਂ ਦੱਸ ਸਕਦਾ ਜੀ, ਹਰੇਕ ਬੰਦਾ ਕਹੂਗਾ ਜਿਹੜਾ ਕਾਢੀ ਹੋਊਗਾ ਉਹੀ ਦੱਸੂਗਾ ਜੀ। ਇਹਦੇ ਸੂਏ ਆਪਣੇ ਕੋਲ ਤਾਂ ਦੋ ਹੀ ਹੋਏ ਨੇ ਜੀ, ਤੇਰੇ ਕੋਲ ਦੋ ਹੋਏ। ਹਾਂ ਹਰੇਕ ਬੰਦਾ ਨਹੀਂ ਕਹਿ ਸਕਦਾ ਵੀ ਇਹ ਤਾਂ ਯਾਰ ਉੱਥੇ ਮੰਡੀ ਵੇਚਣ ਵਗ ਜਾਂਗੇ, ਉੱਥੇ ਕਹੂਗਾ ਯਾਰ ਇਹ ਤਾਂ ਪੰਜ ਚਾਰ ਸੂਏ ਹੈ, ਇਹ ਤਾਂ ਬੁੜੀ ਹੈ, ਇਹਦੀ ਪਾਠੇ ਇੱਕ ਉਹ ਤੇਗੀ ਪਹਿਲੇ ਸੂਏ ਦੀ, ਉਹ ਬੈਠੇ ਪਰਲੇ ਪਾਸੇ, ਦੂਸਰੇ ਸੂਏ ਦੀ ਇਹ ਹੈ ਇਹ ਵਾਲੀ, ਆਹ ਦਿਖਾ ਦੇ ਬਈ। ਹਾਂ ਲੈ ਵੀ ਦੂਜੇ ਸੂਏ ਦੀ ਇਹ ਹੈਗੀ, ਪਹਿਲੇ ਸੂਏ ਦੀ ਉਹ ਲੋਹੀ ਬੈਠੀ ਹੈ, ਉਹ ਲੋਹੀ ਬੈਠੀ ਹੈ, ਸੋਹਣੀ ਬਹੁਤ ਆ ਵੀ ਉਹ ਪੱਠ ਦਿਖਾ ਦੇ। ਹਾਂ ਨਿਗਾਹ ਮਾਰ ਦੇ, ਹਰੇਕ ਬੰਦਾ ਨਹੀਂ ਕਹਿ ਸਕਦਾ, ਉਹ ਵੀ ਦਿਖਾਵਾਂਗੇ ਆਪਾਂ। ਹਾਂ ਕਿੰਨੇ ਸੂਏ ਲੈ ਲਏ ਬਈ ਫਿਰ ਇਹਦੇ? ਇਹਦੇ ਸੂਏ ਤਾਂ ਹੋ ਗਏ ਜੀ ਦੋ, ਦੋ ਤੇਰੇ ਕੋਲੇ। ਹਾਂ ਹੁਣ ਪੱਠ ਮੰਗਦੇ ਤੇ ਜੀ, ਆ ਪੱਠ ਮੈਂ ਕਿਹਾ ਮਹਾਂ ਆਪਾਂ ਦੇਣੀ ਨਹੀਂ, ਵੀ ਇਹਦਾ ਰੋਵਾ ਰੱਖਣਾ। ਹਾਂ ਠੀਕ ਆ। ਹਾਂ ਉਰੀ ਆਇਆ ਮਾੜਾ ਜਿਹਾ। ਅੱਛਾ ਅੱਛਾ, ਇਹ ਦੁੱਧ ਕਿੰਨਾ ਦਿੰਦੀ ਆ ਇਹ? ਦੁੱਧ ਦਿੰਦੀ ਹੈ ਜੀ ਇਸ ਟਾਈਮ, ਆਪਾਂ ਨੂੰ ਕਿਸੇ ਇੰਨੇ ਗੱਪ ਤੋਂ ਮਾਰ ਨਹੀਂ ਜਾਂਦੇ ਜੀ, 3 ਕਿਲੋ ਦੁੱਧ ਹੈ ਜੀ ਮਾਲ 'ਚ ਫਿਰ ਕੇ, ਦੋਵੇਂ ਟਾਈਮਾਂ ਦਾ। ਹਾਂ ਦੋਵੇਂ ਟਾਈਮਾਂ ਦਾ 3 ਕਿਲੋ ਦੁੱਧ ਹੈ ਅਤੇ ਆਪਣੇ ਬੱਕਰੀ ਵਧੀਆ ਫਿੱਟ ਹੈ ਜੀ, ਫਿੱਟ ਆ ਬੱਕਰੀ ਵੀ। 3 ਕਿਲੋ ਦੁੱਧ ਆ, ਬੱਕਰੀ ਚੰਗੀ ਹੈਗੀ। ਹਾਈਟ ਦੀ ਗੱਲਬਾਤ ਕਰੀਏ ਬਾਈ ਜੀ, ਹੈਗੀ 38 ਇੰਚ ਦੀ ਬੱਕਰੀ ਹੈ ਨਾ, ਭਾਰੀ ਬੱਕਰੀ ਹੈ ਬਾਈ, ਭਾਰੀ ਬੱਕਰੀ ਹੈ, ਨਕੋੜੇ ਦੀ ਹੈ, ਨੱਕ ਨਕੋੜੇ ਦੀ ਚੰਗੀ ਹੈ ਬਈ, ਸ਼ੀਲ ਬੱਕਰੀ ਹੈ। ਹਾਂ ਲੈ ਹੋਰ ਫੜ ਲਾ ਸ਼ੇਰੇ ਨਾ ਮਗਰਦੀ ਮਗਰ, ਚੱਲ ਬਾਈ ਇਹਦੀ ਮਾਂ ਵੇਚੀ ਤੀ ਆਪਾਂ ਨੂੰ, ਜੋ ਜਿੱਥੇ ਮੰਡੀ ਲੱਗਦੀ ਹੈ ਉਹ ਕਿਤੇ ਲੌਂਗੋ ਵਾਲਾ ਨਾ ਨਾ ਹਾਂ ਮੰਡੇਰਾ 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 ਵਾਲੇ ਕਿਸੇ ਕੰਧੇਰਾ
नक दिखा दे आ नक मिलदा नी बी हरेक बकरी नू देख सकते कन भी सारे पासो वधिया गर्दन बिना लम्मी बहुत दो गिठां दी गर्दन हो गई इहदी हां जी हां ये तो किन्ने सूए लै ले बई ये पहले सूए जी सूगी कि सूपी बड़ी बकरी है किन्ने सूए हो गए बई पूरे हो गए जी तीन सूए हो गए जी तीन सूए हो गए तीन सूए है जी नवी थले किन्ना हुंदा बई नवी थले ते 4 किलो दी है जी 4 किलो किन्ने सूए लेना साल दे विच सेरे इहदा मैं केरे ही लेना जी सूआ इक साल सूआ हां इक सूआ इहदा बकरा बेचता मैं 11,000 दा बच्चा हाँ किन्ने टाइम दा भाई इहदा बच्चा बेचता जी मैं किसे 3-4 महीने दा 3-4 महीने दा 11,000 दा बेचता हाँ पूरा वधिया कद कर गया थी काला आ फणी की है बकरा का पट्ठा है पट्ठा जी भाई पट्ठ देखो मित्रो शाइनिंग देखो पट्ठ दी की दी पट्ठा है ए इसे बकरी दी है जी इसे बकरी दी है ले भी जेड ब्लैक पट्ठा जवा ना ले सोहनी पट्ठा भाई देख सकदे होगे होर लिया सिरे बकरी फड़ के मांगदी मांगरा ले भी दो बकरियां होर फड़ लिया सिरा दस सिरे दे बारे कोनी बारे दस पहला तो बिना सिंगाली बारे बिना सिंगाली दो सूए जी दो सूए अगे करी उनू इनू छड़ दे ले भी आ दो सूए ले ले तू है हां दो ले भाई देख सकदा भाई जे बिना सिंगाली किवें रख रखी है भाई ए बिना सिंगाली ए रख रखे जी ए तां कालू रख दित्ती ते गुण है जी केड़े गुण केड़े इहदे विच इहदे विच गुण आया जी एक तो चारू वधिया है चारू वधिया हां एक एक लंबर है दूसरा लंबर ये है भी जिदे मैं चोंगा नहीं लत नहीं जगदी हां ठीक है सील है हां और चीज चक जुगी ये नहीं जगदी ठीक सही गल सही गल तीजा गुण केड़ा भाई तीजा गुण ये है भी चारू वधिया है आपदे किले ते जाके खड़ूगी आपदे किले जा खड़ूगी तीसरा होवे समझ तो तोर वधिया है ਤੋਰ ਵਧੀਆ ਹਾਂ ਠੀਕ ਆ ਇੱਕ ਇਹਦਾ ਮੂੰਹ ਇੰਨਾ ਪਿਆਰਾ ਹੈ ਇੰਨਾ ਤਾਂ ਮਨ ਕਿਸੇ ਆਪਦੇ ਟੱਬਰ ਦਾ ਹੀ ਲੱਗਦਾ ਇੰਨੀ ਪਿਆਰੀ ਲੱਗਦੀ ਹੈ ਸਹੀ ਸਹੀ ਗੱਲ ਸੁਕਰਾ ਕੁਝ ਹੋਰ ਨਹੀਂ ਬੋਲਦਾ ਲੈ ਬਈ ਦੇ ਰਿਹਾ ਬੜਾ ਲੈ ਵੀ ਦੱਸ ਇਹਦੇ ਬਾਰੇ ਦੱਸ ਹੁਣ ਹਾਂਜੀ ਦੱਸ ਇਹਦੇ ਬਾਰੇ ਇਹਦੇ ਕਿੰਨੇ ਸੂਏ ਲੈ ਲੱਗੇ ਕਰੀ ਮਾੜੀ ਬੱਕਰੀ ਲੈ ਵੀ ਕਾ ਆ ਗਈ ਬੱਕਰੀ ਇਹ ਆਪਣੀ ਖਰੀਦੀ ਹੈ ਜੀ ਖਰੀਦੀ ਹੋਈ ਆ ਹਾਂ ਇਹ ਖਰੀਦੀ ਹੋਈ ਆ ਇਹ ਵੇਚ ਵੀ ਦੇਵਾਂਗਾ ਹਾਂ ਵੇਚ ਵੀ ਦੇਵਾਂਗੇ ਜੀ ਲੈ ਵੀ ਬਾਈ ਕਹਿੰਦਾ ਵੇਚ ਵੀ ਦੇਵਾਂਗੇ ਜਿਹੜੇ ਪਹਿਲਾਂ ਤਾਂ ਖਾਈਆਂ ਨੇ ਉਹ ਵੀ ਵੇਚ ਦੋਗੇ ਹਾਂ ਉਹਨਾਂ 'ਚ ਵੀ ਵੇਚ ਦਾਂਗੇ ਉਹਨਾਂ 'ਚ ਵੇਚ ਦੇ ਲੈ ਵੀ ਜੇ ਕਿਸੇ ਨੇ ਕੁਝ ਵੀ ਖਰੀਦਣਾ ਹੋਵੇ ਤਾਂ ਸਿਰਾਂ ਸੰਪਰਕ ਵੀ ਕਰ ਸਕਦੇ ਸੀ ਨਾ ਇਹ ਤੋਂ ਕਿੰਨੇ ਸੂਏ ਹੋ ਗਏ ਤਿੰਨ ਹੋ ਗਏ ਹੋਣਗੇ ਹਾਂ ਤਿੰਨ ਹੋ ਗਏ ਜੀ ਤਿੰਨ ਹੋ ਗਏ ਅੱਠ ਦੰਦ ਹੋ ਗਏ ਨਾ ਇਹ ਹਾਂ ਅੱਠ ਦੰਦ ਹੋ ਗਏ ਬਈ ਨਾ ਦੇਖ ਸਕਦੇ ਇਹ ਬੱਕਰੀ ਬਈ ਹਾਂ ਤਾਜ਼ੀ ਹੈ ਦੁੱਧ ਕਿਵੇਂ ਥੱਲੇ ਇਹਦੇ ਥੱਲੇ ਹੈਗਾ ਜੀ ਇਸ ਟਾਈਮ 2 ਕਿਲੋ ਬੱਚੇ ਪੱਠਾ ਇਹਦੇ ਮਗਰ ਪੱਠਾ ਹਾਂ ਕਿੰਨੇ ਟਾਈਮ ਦੀ ਪੱਠਾ ਗਈ ਪੱਠ ਤਕੜੀ ਹੈ ਜੀ ਅੱਛਾ ਕਿੱਥੇ ਹੈ ਪੱਠਾ ਦੀ ਉਹ ਅੱਗੋਂ ਫਿਰਦੇ ਆ ਹਾਂ ਮੇਮਣੇ ਤਾਂ ਸਾਰੀ ਤਕੜੇ ਨੇ ਉਹ ਫਿਰਦੀ ਆ ਹਾਂ ਮੇਮਣੇ ਸਾਰੀ ਤਕੜੇ ਨੇ ਵੀ ਇਹ ਜੀ ਗੱਲ ਨਹੀਂ ਹੈਗੀ 2 ਕਿਲੋ ਦੁੱਧ ਆ ਬਈ ਠੀਕ ਆ ਸੰਪਰਕ ਕਰ ਲਿਓ ਸਿਰੇ ਨਾਲ ਜੇ ਬੱਕਰੀ ਲੈਣੀ ਹੋਊਗੀ ਕੋਈ ਇੱਕ ਉਹ ਬੈਠੀ ਆ ਵਰਾ ਰਾਮ ਨਾਲ ਮਸਤ ਹੋਈ ਹਾਂ ਉਹਦੇ ਬਾਰੇ ਦੱਸ ਚਿੱਟੀ ਕਾਲੀ ਬਾਰੇ ਲੈ ਵੀ ਦੇਖੋ ਰੱਜ ਰੁੱਜ ਕੇ ਨਾ ਬੱਕਰੀਆਂ ਸਿਰੇ ਦੀਆਂ ਨਾ ਟਾਈਮ ਬਈ ਕੁਛ ਵੀ ਨਹੀਂ ਹੋਇਆ ਘੰਟੇ ਦੇ ਵਿੱਚ ਹੀ ਰਜਾ ਦੀਆਂ ਸਿਰੇ ਬੱਕਰੀਆਂ ਗੱਲ ਕੀ ਹੈ ਇਹ ਉਹ ਗੱਲ ਜੀ ਕਿਵੇਂ ਰਜਾ ਦਿੰਦਾ ਬਈ ਇਹ ਨੁਕਤੇ ਕੀ ਨੇ ਨੁਕਤੇ ਤਾਂ ਜੀ ਆਏ ਆ ਜੀ ਸਰਦਾਰ ਸਾਹਿਬ ਨੁਕਤਾ ਆਇਆ ਚਾਰਨ ਵਾਲਾ ਦਾ ਹਿਸਾਬ ਚਾਹੀਦਾ
ਵਜੇ ਵਜੇ ਕਿਸੇ ਬੁੜੇ ਹੋ ਜਾਂਦੇ ਨੇ, ਉਹਨਾਂ ਨੂੰ ਹਰੇਕ ਨੂੰ ਹਿਸਾਬ ਨੀ ਹੁੰਦਾ। ਐਂ ਕਹਿੰਦਾ ਵੀ ਹਾਂ ਹਾਂ ਮੈਂ ਬੱਕਰੀਆਂ ਰੱਖ ਰਹਾ, ਚੋੜਾ ਹੋ ਕੇ ਤੁਰੂਗਾ। ਬੱਕਰੀ ਰੱਖਣੀ ਬਹੁਤ ਔਖੀ ਆ, ਬੱਕਰੀ ਦਾ ਹਿਸਾਬ ਵੀ ਚਾਹੀਦਾ ਨਾ। ਠੀਕ ਆ, ਹਾਂ ਵੀ ਨੌਲੇਜ ਵੀ ਚਾਹੀਦੀ ਵੀ ਬੱਕਰੀ ਫਿਰ ਆਪਾਂ ਨੂੰ ਕਿਹੜੇ ਟਾਈਮ ਪਾਣੀ ਪਿਆਉਣਾ ਨਾ, ਕਿਹੜੇ ਟਾਈਮ ਆਪਾਂ ਨੂੰ ਚਾਰਨੀਆਂ ਨੇ। ਠੀਕ ਆ, ਹਾਂ ਵੀ ਬੱਕਰੀ ਕਿਹੜੀ ਕਿਹੜੀ ਚੀਜ਼ ਖਾਊਗੀ ਇਹ ਵੀ ਪਤਾ ਹੋਣਾ ਚਾਹੀਦਾ। ਹਾਂ ਇਹ 70 ਚੀਜ਼ ਖਾਂਦੀ ਆ, ਹਰੇਕ ਚੀਜ਼ ਖਵਾਉਣੀ ਪੜਦੀ ਹੈ। ਤਾਂ ਕਰਕੇ ਨਾ ਇਹ ਨਰਾ ਪਰ ਇਹ ਨਹੀਂ ਵੀ ਇਕੱਲੀ ਡੇਕ ਹੈ, ਇਕੱਲੀ ਡੇਕ ਕਿਤੇ ਤੁੰਨੀ ਜਾਂ ਇਕੱਲੀ ਡੇਕ ਨਾਲ ਹੀ ਨਹੀਂ। ਆਪਾਂ ਇਕੱਲੀ ਰੋਟੀ ਕਿਵੇਂ ਖਾ ਲਾਂਗੇ? ਰੋਟੀ ਨਹੀਂ ਖਾ ਸਕਦੇ ਨੀ, ਬਦਲ ਬਦਲ ਖਾਣਾ ਪੈਂਦਾ, ਬਦਲ ਬਦਲ ਖਾਣਾ ਪੈਂਦਾ ਨਾ। ਇਹ ਉਹ ਬੱਕਰੀ ਵੀ ਕਹਿੰਦਾ ਬੱਕਰੀ ਕਹਿੰਦਾ ਉਹਨੂੰ ਕਿਸੇ ਰਾਜੇ ਨੂੰ ਵੀ ਰੱਖੀ ਤੀ, ਹੈਂ ਇਹ ਬੱਕਰੀ ਫੁੱਲ ਫੁੱਲ ਖਾਂਦੀ ਹੈ, ਫੁੱਲ ਫੁੱਲ ਖਾਂਦੀ। ਹਾਂ ਤਾਂ ਇਹਦਾ ਕਾਮਯਾਬ ਦੁੱਧ ਹੈ। ਸਹੀ ਗੱਲ ਹੈ, ਤਾਂ ਇਹ ਗੱਲ ਹੈ ਕੀ ਹੈ। ਹਾਂਜੀ ਹਾਂ ਸਹੀ ਗੱਲ। ਦੁੱਧ ਦੇ ਫਾਇਦੇ ਕੀ ਨੇ ਬਾਈ ਆਪਣੇ ਮੁਤਾਬਕ? ਆਪਦੇ ਮੁਤਾਬਕ ਇਹ ਦੁੱਧ ਹੈ ਜੀ, ਇਹ ਡਾਕਟਰਾਂ ਨੂੰ ਕਿਸੇ ਇਹਨਾਂ ਦੀ ਨੌਲੇਜ ਆਪਦੇ ਪੈਸੇ ਬਣਾ ਕੇ ਮਰਿਆ ਉਹਨੂੰ ਘਟਾ ਦੀ, ਸਾਡੀ ਪਾਲੀਆਂ ਦੀ ਰੋਜੀ ਮਾਰਤੀ। ਉਹ ਕਿਵੇਂ? ਉਹ ਐਂ ਕਰਦਾ ਉਹਦੇ ਕਿਸੇ ਇੱਕ ਨਾਰੀਅਲ ਦਾ ਦੇ ਦੇਣਗੇ, ਉੱਥੇ ਅਸੀਂ ਤੈਨੂੰ ਕਿਸੇ ਇੱਕ ਸ਼ੀਸ਼ੀ ਦੇ ਦਿੰਦੇ ਹਾਂ, ਬੱਕਰੀ ਦਾ ਦੁੱਧ ਤੇ ਤੁਸੀਂ ਨਾ ਪੀਆ ਕਰੋ। ਠੀਕ, ਸੈੱਲ ਉਹੀ ਵਧਾ ਦੇਣੇ ਕਹਿਣਗੇ। ਹਾਂ ਸੈੱਲ ਉਹੀ ਵਧਾ ਦੇਣਗੇ, ਆਏ ਨਹੀਂ ਪਤਾ ਭੈਣ ਤੇ 70 ਚੀਜ਼ ਖਾਂਦੀ ਹੈ ਵੀ ਬੱਕਰੀ ਦਾ। ਸ਼ੇਰਨ ਤੋਂ ਹੁਣ ਤੱਕ ਰੋਗ ਨਹੀਂ ਲੱਗਿਆ, ਬੁੜਾ ਹੋ ਗਿਆ 70 ਸਾਲ ਦਾ, ਮੰਗੂ ਹੋ ਗਿਆ। ਅੱਛਾ, ਹਾਂ ਨਹੀਂ ਰੋਗ ਕੋਈ ਨਾ ਹੋ। ਮੈਂ ਇਸ ਟਾਈਮ ਪੂਰੇ ਡੰਡ ਕੱਢਦਾ, ਡੰਡ ਕੱਢਦਾ, ਕੱਢ ਕੇ ਦਿਖਾ ਫਿਰ ਦੇਖਿਆ ਜਾਊਗਾ। ਲੈ ਵੀ ਡੰਡ ਕੱਢ ਕੇ ਦਿਖਾਊ ਜੇਰਾ, ਲੈ ਆਹ ਮੈਨੂੰ ਫੜਾ ਦੇ, ਖੜ ਜਾ। ਲੈ ਵੀ ਉਹ ਕਿੰਨੀ ਉਮਰ ਹੋ ਗਈ ਸਰ? ਕਿੰਨੀ ਉਮਰ ਹੋ ਗਈ? 70 ਦੀ ਹੋ ਗਈ। 5 ਲਾ ਦੇ, ਚਲ 2, 3, 4 ਬਸ, ਚਲ ਬਸ ਰਹਿਣ ਲੱਗਣਾ ਚਾਹੀਦਾ, 5 ਲਾ ਦੇ। ਵਾਹ ਵਾਹ ਜੀ ਵਾਹ। ਲੈ ਵੀ ਵਾਹ ਜੀ ਵਾਹ ਬਾਈ, 70 ਸਾਲ ਦਾ ਹੋ ਗਿਆ ਸੇਰਾ ਬਾਈ, ਤੰਦਰੁਸਤ ਆ। ਕਿਉਂ ਆ? ਕਿਉਂਕਿ ਬਾਈ ਬੱਕਰੀ ਦਾ ਦੁੱਧ ਪੀਂਦਾ। ਹਾਂ ਦੁੱਧ ਪੀਂਦੇ ਆ ਜੀ, ਬੱਕਰੀ ਦਾ, ਬੱਕਰੀ ਦੇ ਦੁੱਧ ਦੀ ਚਾਹ ਕਰਨੀ। ਦੁੱਧ ਕਿਸੇ ਮੈਨੂੰ ਕਿਸੇ ਇੰਨਾ ਡੰਗਰ ਦਾ ਸਵਾਦ ਹੀ ਨਹੀਂ ਲੱਗਦਾ ਜਿੰਨਾ ਬੱਕਰੀ ਦਾ ਦੁੱਧ ਸਵਾਦ ਲੱਗਦਾ। ਬੱਕਰੀ ਦਾ ਸਵਾਦ ਲੱਗਦਾ ਨਾ, ਸਹੀ ਗੱਲ ਆ ਬਾਈ। ਇਹਦੇ ਗੁਣ 'ਚ ਰੱਖੀ ਜਾਣਾ ਬੱਕਰੀਆਂ। ਤੂੰ ਕਹਿੰਦਾ ਖਾਂਦੀ ਕੀ ਆ ਬਾਈ? ਇਹ ਬੱਕਰੀ ਕੋਰ ਤੁੰਬਾ ਖਾਂਦੀ ਹੈ ਜੀ, ਮਰੂਦ। ਹਾਂ ਆਹੋ, ਕੋਰ ਤੁੰਬੇ ਨਾਲ ਹੁੰਦਾ ਕੀ ਆ ਸਿਰ? ਕੋੜ ਤੁੰਬੇ ਨਾਲ ਤੇ ਜੀ ਕਿਸੇ ਦੇਸੀ ਦਵਾਈ ਹੈ ਜੀ। ਦੇਸੀ ਦਵਾਈ ਇੱਕ ਤਰ੍ਹਾਂ ਦੀ, ਇੱਕ ਤਰ੍ਹਾਂ ਦੀ ਦੇਸੀ ਦਵਾਈ ਹੈ ਜੀ। ਲੈ ਵੀ ਜੇ ਕਿਤੇ ਵੀ ਕੋੜ ਤੁੰਬਾ ਮਿਲੇ ਤਾਂ ਬੱਕਰੀ ਨੂੰ ਖਵਾਓ ਜ਼ਰੂਰ ਆ। ਕੋੜ ਤੁੰਬਾ ਹੁੰਦਾ ਕਦੋਂ ਆਗਾ? ਹੁਣ ਟਾਈਮ ਆ ਨਾ ਕੋੜ ਤੁੰਬੇ ਦਾ। ਹਾਂ ਕੋੜ ਤੁੰਬਾ ਮਿਲ ਜਾਂਦਾ ਜੀ, ਟਿੱਬਿਆਂ ਤੇ ਮਿਲ ਜਾਂਦਾ, ਟਿੱਬਿਆਂ ਤੇ ਮਿਲਦਾ ਜਾਂਦਾ ਨਾ। ਟਿੱਬੇ ਤਾਂ ਹੁਣ ਹੈ ਹੀ ਨਹੀਂ, ਚੱਕ ਤੇ ਟਿੱਬੇ ਮਿਲ ਜਾਂਦਾ ਨਾ ਕਿਤੇ ਕਿਤੇ ਜੀ, ਤੁਰਦੇ ਫਿਰਦੇ ਬੰਦੇ ਤੋਂ ਬੱਕਰੀ ਵਾਲੇ ਤੋਂ ਮਿਲ ਹੀ ਜਾਂਦਾ। ਹਾਂ ਇਸ ਤੋਂ ਪਹਿਲਾਂ ਕਿੱਥੇ ਰਹੇ ਤੀ ਗੇ ਫਿਰ ਸਰ? ਆਪਾਂ ਹਾਂ ਮੈਂ ਉਬਾਲ ਜਾਂਦਾ ਜੀ। ਉਬਾਲ? ਹਾਂ ਉਬਾਲ ਤੋਂ ਉਰੇ ਕਿਵੇਂ ਆ ਗਏ ਸੰਗਰੂਰ? ਉਰੇ ਆ ਗਿਆ ਜੀ, ਮੇਰੇ ਕੋਲ ਮਾਲ ਹੁੰਦਾ ਸੀ ਜ਼ਿਆਦਾ। ਸਰਦਾਰ ਜੀ ਮੇਰੇ ਕੋਲ ਬੱਕਰੀਆਂ ਭੇਡਾਂ ਹੁੰਦੀਆਂ ਸੀ, ਵਧੀਆ ਇੱਜੜ ਹੁੰਦਾ ਸੀ ਮੇਰੇ ਕੋਲ, ਸਮਝ ਲਏ। ਪਹਿਲਾਂ ਮੇਰੇ ਕੋਲ ਮਾਘੇ ਦੀਆਂ ਵੀ ਰਹੀਆਂ, ਉੱਥੇ ਵਾਲੀਆਂ ਦੀਆਂ, ਦੁਨੀਆਂ ਦੇ ਕੋਟ ਵਾਲੀਆਂ ਦੀਆਂ, ਮੇਰਾ ਉਹਨਾਂ ਨਾਲ ਵੀ ਵਧੀਆ ਵਾਹ ਵਾਸਤਾ ਹੈ। ਅੱਛਾ, ਅਤੇ ਉਹ ਭੇਡਾਂ ਵੀ ਹੁੰਦੀਆਂ ਤੀਆਂ ਕੁਛ, ਫਿਰ ਮੇਰੇ ਕੋਲ ਆਪਦੀਆਂ ਬਥੇਰੀਆਂ ਹੋ ਗਈਆਂ, ਫਿਰ ਮੈਂ ਇਸ ਕਰਕੇ ਮੈਨੂੰ ਜਵਾਕ ਕਹਿਣ ਲੱਗ ਗਏ ਵੀ ਤਾਂ ਕਰਕੇ ਆਪਾਂ ਕੁਛ ਮੈਨੂੰ ਕੁੜੀ ਦਾ ਵਿਆਹ ਵੂ ਕਰਨਾ ਪੈ ਗਿਆ, ਮੈਨੂੰ ਲੋੜ ਪੈ ਗਈ, ਕੁਛ ਬੇਚਤੀਆਂ ਕੁਛ ਉਹਦਾ ਮਾਲ ਮੋੜਤਾ ਸੀ ਮੈਨੂੰ ਦੁਨੇ ਦੇ ਕੋਟ ਵਾਲੇ ਦਾ। ਠੀਕ ਆ, ਉਦੋਂ ਕਿੰਨੇ ਕਿੰਨੇ ਬੰਦੇ ਹੁੰਦੇ ਤੁਸੀਂ ਪਹਿਲਾਂ ਵੀ ਇਹਦੇ ਵਿੱਚ? ਪਹਿਲਾਂ ਐਂ ਹੁੰਦੇ ਸੀ ਜੀ, ਕੁੜੀਆਂ ਵਿਆਹੀਆਂ ਨਹੀਂ ਸੀ ਮੈਨੂੰ, ਮੇਰੇ ਨਾਲ ਜੀ ਕੁੜੀਆਂ ਵੀ ਚਾਰਦੀਆਂ ਤੀਆਂ, ਕੁੜੀਆਂ ਨਾਲ ਚਾਰਦੇ ਤੀਆਂ। ਹਾਂ ਅੱਛਾ, ਨਾ ਆਪਾਂ ਕਿਉਂ ਝੂਠ ਬੋਲੀਏ ਜੀ, ਆਪਾਂ ਪਿੱਛੇ ਆਪਣੇ ਕੋਲ ਇਹੋ ਜਿਹੇ ਕੰਮ ਹੁੰਦਾ ਸੀ ਵੀ ਕੁੜੀ ਵੀ ਨਾਲ ਚਰਵਾ ਦਿੰਦੀ ਸੀ, ਤਾਂ ਫਿਰ ਮੁੰਡੇ ਚਾਰਨ ਵਾਲੇ ਹੋ ਗਏ, ਮੁੰਡੇ ਵੀ ਚਰਵਾ ਦਿੰਦੇ ਤੇ ਜੀ। ਠੀਕ ਆ, ਗਰੀਬੀ ਕਿੰਨੀ ਕੁ ਹੁੰਦੀ ਸੀ ਸਰ ਪਹਿਲਾਂ? ਪਹਿਲਾਂ ਤਾਂ ਸਰਦਾਰ ਜੀ ਮੇਰੇ ਕੋਲ ਗਰੀਬੀ ਹੁੰਦੀ ਸੀ ਜੀ, ਮੈਂ ਦਿਹਾੜੀ ਕਰਨ ਵਗ ਜਾਂਦਾ ਸੀ ਕਿਸੇ ਤੇ, ਅਤੇ ਮੈਂ ਉਸ ਟਾਈਮ ਮੈਂ ਸਮਝੇ ਦਿਹਾੜੀ ਕਰਦਾ ਕਰਦਾ ਫਿਰ ਮੈਂ 2 ਮੇਮਣੇ ਪਾਲੇ ਜੀ, ਮੈਨੂੰ ਉੱਥੋਂ ਨੌਲੇਜ ਆ ਗਈ, ਮੈਂ ਅੱਡ ਕਰਤਾ ਤੀ ਜੀ, ਫਿਰ ਮੈਂ 2 ਮੇਮਣੇ ਪਾ ਲਈਏ। ਉਦੋਂ ਮੰਦਾ ਹੀ ਹੁੰਦਾ ਸੀ ਜੀ, ਉਦੋਂ ਕੋਈ 300 ਦੀ ਬੱਕਰੀ ਲੈ ਲਈ, ਕੋਈ 500 ਦੀ ਲੈ ਲਈ ਵੱਡੀ। ਹਾਂ ਵੱਡੀ ਬੱਕਰੀ ਉਸ ਇਹੀ ਰੇਟ ਤੀ ਜੀ, ਉਸ ਰੇਟ ਨਾਲ ਹੀ ਮੈਂ ਬੱਕਰੀਆਂ ਲੈਂਦਾ ਰਿਹਾ। ਫਿਰ ਮੈਂ ਹੌਲੀ ਹੌਲੀ ਮੈਂ ਮੇਰੇ ਘਰਵਾਲੀ ਨੂੰ ਕਿਹਾ ਵੀ ਤੂੰ ਚਾਰੀ ਜਾ ਕਰ, ਵੀ ਮੈਂ ਨਾਲ ਹੀ ਕਿਸੇ ਜਿੱਥੇ ਜਾਇਆ ਕਰੂੰਗਾ ਉੱਥੇ ਆ ਜਾ ਕਰੀ। ਅੱਛਾ, ਹਾਂ ਮੈਂ ਜੀ ਕਿਸੇ, ਹਾਂ ਉਬਾਲ ਬਹੁਤ ਦਿਹਾੜੀ ਕਰੀ ਜੀ, ਰੁੱਗ ਵੀ ਲਾਉਂਦਾ ਹੁੰਦਾ ਸੀ, ਮੱਕੀ ਵੀ ਕੁੱਟਣ ਜਾਂਦਾ ਸੀ ਜੀ, ਮਿਰਚਾਂ 'ਚ ਵੀ ਮਿਰਚ ਹੁੰਦੀ ਸੀ, ਮੂੰਗਫਲੀ ਹੁੰਦੀ ਸੀ, ਸਾਰਾ ਕੁਛ ਦੇਖਿਆ ਸੀ ਜਿੰਨੀਆਂ ਫਸਲਾਂ ਹੁੰਦੀਆਂ ਤੀਆਂ। ਠੀਕ ਆ, ਜਵਾਕ ਨਾਲ ਹੁੰਦੇ ਬੱਕਰੀਆਂ ਚਾਰਦੇ ਕੁੜੀਆਂ? ਹਾਂ ਹਾਂ। ਕਿੰਨੀ ਕਿੰਨੀ ਉਮਰ ਹੁੰਦੀ ਸੀ ਕੁੜੀਆਂ ਜਦੋਂ? ਕੁੜੀਆਂ ਜਾਣੀਆਂ ਹੀ ਹੁੰਦੀਆਂ ਤੀਆਂ ਜੀ, ਕਿਸੇ ਸਾਰੀ ਉਹ
पूरा सारा लवाया जी, सारा टब्बर लद्या जी, आप इथे तक हां हैगा जी कले दी ओदे नाल सबने सारा टब्बर लद्या, फिर मैं बनाया भी जो अखा दे जी, मेरा कड़े नाल जाऊगा जी। सही गल है, जो अखा वास्ते बनाया, जो अखा वास्ते बना जी, घर बार भी जो अखा वास्ते बनाने, बाकी मैं कुड़िया के ब्याह च लाया लाया करया भी है जी। ठीक वधिया ब्याह जी। अज किवें जिंदगी भाई, पहला नालों अज जिंदगी आए है जी। ਹੁਣ ਮੈਂ ਬੱਕਰੀਆਂ ਆਪਦੀਆਂ, ਅੱਜ ਮੈਂ ਕਿਸੇ ਨੌਕਰ ਅੱਜ ਮੈਂ ਰੱਖ ਸਕਦਾ ਜੀ। ਠੀਕ ਹੈ, ਨੌਕਰ ਰੱਖ ਸਕਦੇ ਹਾਂ ਅੱਜ। ਹਾਂ ਅੱਜ ਆਪਣੀ ਇੰਨੀ ਚੜਾਈ ਹੈ ਵੀ ਆਪਾਂ ਬੰਦਾ ਰੱਖ ਸਕਦੇ ਹਾਂ ਆਪਾਂ। ਠੀਕ ਆ, ਹਾਂ ਬੰਦਾ ਰੱਖ। ਉਦੋਂ ਆਪ ਨੌਕਰ ਸੀਗੇ? ਉਦੋਂ ਮੈਂ ਆਪ ਨੌਕਰ ਸੀ, ਅੱਜ ਹੁਣ ਹਾਂ ਮੇਰਾ ਬੇਟਾ ਮਸ਼ੀਨਾਂ ਦਾ ਕੰਮ ਕਰਦਾ ਜੀ। ਹੁਣ ਉਹਨੂੰ ਕਿਸੇ ਮੇਰੇ ਬੇਟੇ ਨੇ ਆਪ ਖੁਦ ਨੂੰ ਨੌਕਰ ਰੱਖ ਰੱਖਿਆ ਹੈ। ਹਾਂ ਹੈ, ਸਹੀ ਗੱਲ ਹੈ। ਵਧੀਆ, ਇਸ ਟਾਈਮ ਆਪਣਾ ਸਹੀ ਕੰਮ ਹੈ ਜੀ, ਸੈੱਟ ਹੈ ਕੰਮ। ਹਾਂ ਅੱਜ ਆਪਾਂ ਸਮਝ ਲਿਆ, ਰੱਖਣੀਆਂ ਹੋਏ ਪੰਜ ਚਾਰ ਬੱਕਰੀਆਂ ਹੋਰ ਪਾ ਕੇ ਅੱਜ ਆਪਾਂ ਬੰਦਾ ਰੱਖ ਸਕਦੇ ਹਾਂ ਜੀ। ਠੀਕ ਆ, ਪਰ ਲੋੜ ਨਹੀਂ ਹੈਗੀ ਮੇਰੇ ਹਿਸਾਬ ਨਾਲ। ਹਾਂ ਬਸ ਬਸ ਇੰਨਾ ਹੈ ਵੀ ਆਪਣਾ ਲੋੜ ਨਹੀਂ, ਵੀ ਆਪਣਾ ਸਰੀ ਜਾਂਦਾ ਹੈ। ਸਰੀ ਜਾਂਦਾ, ਹਾਂ ਨਹੀਂ ਰੱਖ ਵੀ ਸਕਦੇ ਹਾਂ ਜੀ, ਕੋਈ ਖਾਸ ਗੱਲ ਨਹੀਂ ਹੈ। ਸਹੀ ਗੱਲ, ਬਾਹਲਾ ਔਖਾ ਟਾਈਮ ਦੇਖਿਆ ਫਿਰ ਇਹਨਾਂ। ਹਾਂ ਪਿੱਛੇ ਮੈਨੂੰ ਪੂਰਾ ਔਖਾ ਦੇਖਿਆ ਹੋਇਆ ਜੀ। ਮੇਰੇ ਯਾਦਗਰੀ ਵੀ ਹੈਗੀ ਸਰਦਾਰ ਜੀ, ਇਹ ਨਾ ਹੋਵੇ ਵੀ ਮੇਰੇ ਯਾਦਗਰੀ ਨਹੀਂ ਹੈਗੀ। ਮੇਰੇ ਇਹ ਵੀ ਯਾਦਗਰੀ ਹੈ ਵੀ ਮੈਂ ਫਲਾਣੇ ਬੰਦੇ ਤੇ ਕੁੱਟਣ ਜਾਂਦਾ ਹੁੰਦਾ ਸੀ, ਕੀ ਹੁੰਦਾ ਤੇ ਜੀ, ਸਾਰੀ 40-50 ਉਹ ਦਿਹਾੜੀ ਹੁੰਦੀ ਸੀ ਜੀ, 40-50 ਰੁਪਈਏ। ਹਾਂ ਠੀਕ ਆ, ਉਹ ਵੀ ਟਾਈਮ ਦੇਖਿਆ ਜੀ ਮੈਨੂੰ, 30-30 ਤੱਕ ਮੈਂ ਕੰਮ ਕਰਿਆ ਜੀ। 30-30 ਰੁਪਈਆਂ ਤੇ? ਹਾਂ 30-30 ਰੁਪਈਆ ਤੇ ਵੀ ਕੰਮ ਕਰਿਆ ਜੀ, ਉਹ ਵੀ ਟਾਈਮ ਹੁੰਦਾ ਸੀ ਜੀ, ਕਿਹੜਾ ਅੱਜ ਦੀ ਗੱਲਾਂ ਨੇ। ਸਹੀ ਗੱਲ ਬਾਈ, ਦੇਖ ਸਕਦੇ ਬਾਈ ਨਾ, ਬਹੁਤ ਔਖੇ ਟਾਈਮ ਦੇ ਵਿੱਚੋਂ ਲੰਘ ਕੇ ਸੇਰਾ ਜੂਰ ਤੱਕ ਪਹੁੰਚਿਆ। ਅੱਜ ਉਰੇ ਤੱਕ ਮੈਨੂੰ ਕਿਸੇ ਤੰਗੀ ਸਿਰ ਫੰਗੀ ਦੇਖੀ ਹੈ ਜੀ ਸਰਦਾਰ ਜੀ, ਮੈਂ ਉਰੇ ਤੱਕ ਤਾਂ ਪਹੁੰਚਿਆ ਵੀ ਕਿਸੇ ਮੈਂ ਆਪਦੇ ਹਿਸਾਬ 'ਚ ਆਇਆ, ਮੈਂ ਸਹੀ ਚੱਲਿਆ ਜੀ। ਮੈਂ ਗੱਲ ਕਰ, ਕੋਈ ਨਸ਼ਾ ਨੁਸ਼ਾ ਨਹੀਂ ਕਰਦਾ ਜੀ। ਨਸ਼ਾ ਕੋਈ ਨਹੀਂ ਕਰਦਾ ਨਾ, ਹੁਣ ਤੱਕਰ ਤੱਕ ਕਿੰਨਾ ਚਿਰ ਹੋ ਗਿਆ ਤੁਸੀਂ ਬੈਠੇ ਹੋ, ਕੋਈ ਬੀੜੀ ਲਾਈ? ਬੋਲਦਾ ਤਾਂ ਇੰਨਾ ਸਿਰ, ਮਤਲਬ ਕੁਛ ਨਾ ਕੁਛ ਤਾਂ ਖਾਂਦਾ ਹੋਏਗਾ ਜਾਂ ਖਾਂਦਾ ਨਹੀਂ। ਸਹੀ ਗੱਲ ਆ ਬਈ, ਸਾਨੂੰ ਲਗਭਗ ਹੋ ਗਏ 4 ਘੰਟੇ ਆਏ, ਮੈਂ ਕੁਛ ਵੀ ਨਹੀਂ ਖਾਧਾ। ਕੋਈ ਬੀੜੀ ਬਾੜੀ ਪੀ ਹੈ? ਕੁਛ ਵੀ ਨਹੀਂ ਬਈ। ਕੋਈ ਜਰਦਾ ਲਾਇਆ? ਨਹੀਂ। ਅਗਲਾ ਹੁਣ ਤੇਰੇ ਕੋਲ 5 ਬੀੜੀਆਂ ਪੀ ਜਾਂਦਾ ਹੈ, ਕੋਈ ਪਤਾ ਨਹੀਂ ਅੱਧਾ ਮੰਡਲ ਖਰਾਬ ਕਰ ਦਿੰਦਾ। ਸਹੀ ਗੱਲ ਹੈ ਨਾ। ਹਾਂ ਔਖਾ ਟਾਈਮ ਦੇਖਿਆਗਾ ਤਾਂ ਔਖਾ ਟਾਈਮ ਦੇਖਿਆ ਜੀ। ਮੈਨੂੰ ਦਾਲ ਰੋਟੀ ਦਾ ਨਸ਼ਾ ਜੀ, ਦਾਲ ਰੋਟੀ ਮਿਲੀ ਜਾਵੇ ਬਹੁਤ ਹੈ ਜੀ। ਸਹੀ ਗੱਲ ਹੈ, ਦੇਖ ਸਕਦੇ ਬਾਈ ਜੀ, ਬਹੁਤ ਔਖੇ ਟਾਈਮ ਦੇਖੇ। ਹੋਰ ਨੀ ਮੈਂ ਕੋਈ ਕਿਸੇ ਦੀ ਕੋਈ ਝਾਕ ਨਹੀਂ ਜੀ, ਮੈਂ ਸਹੀ ਆਪਦੇ ਦੇਣ ਲੈਣ ਕਰਦਾ, ਸਹੀ ਆਪਦੀ ਜ਼ਿੰਦਗੀ ਨਿਗਾ ਰਿਹਾ ਵੀ ਇਹਦੇ ਵਿੱਚੋਂ ਮੈਨੂੰ ਕਿਸੇ ਦਾ ਪੈਸਾ ਨਹੀਂ ਮੁੱਕਣਾ, ਕਿਸੇ ਦਾ ਕੋਈ ਗਲਤ ਕੰਮ ਨਹੀਂ ਕਰਨਾ ਜੀ। ਠੀਕ ਆ, ਹਾਂ ਜੀ ਹਾਂ, ਸਹੀ ਗੱਲ, ਵਧੀਆ ਵਧੀਆ ਕੰਮ ਕਰਨੇ ਨੇ। ਸਹੀ ਗੱਲ, ਹਾਂ ਦੇਣ ਲੈਣ ਸਹੀ ਰੱਖਣਾ ਨਾ, ਕਿਸੇ ਪਿੱਛੇ ਮੈਨੂੰ ਕੋਈ ਗਾਲਾਂ ਨਹੀਂ ਖਾਣੀਆਂ, ਨਾ ਆਪਦੇ ਪੁੱਤਾਂ ਨੂੰ ਗਾਲਾਂ ਦੇਣੀਆਂ, ਖਰਿਆ ਦੇਣਾ ਖਰਿਆ ਲੈਣਾ। ਠੀਕ ਹੈ, ਨਵੇਂ ਬੰਦੇ ਨੂੰ ਕਿਵੇਂ ਕਹੋਗੇ ਜਿਹੜੇ ਬੰਦੇ ਹੁਣ ਬੱਕਰੀਆਂ ਰੱਖਣਗੇ ਬਈ? ਹਾਂ ਉਹਨੂੰ ਕਿਵੇਂ ਕਹੋ? ਨਵੇਂ ਬੰਦੇ ਮੈਨੂੰ ਬਥੇਰੇ ਪੁੱਛਦੇ ਨੇ ਜੀ, ਆਹ ਵੀ ਦੇਖਿਆ ਇੱਥੇ ਆਪਣਾ ਗੁਆਂਢੀ ਆਏ, ਕਹਿਣ ਲੱਗਾ ਆਹੀ ਖੇਤ ਵਾਲਾ, ਕਹਿੰਦਾ ਯਾਰ ਤੂੰ ਮੈਨੂੰ ਦੱਸਦੇ ਯਾਰ, ਕਹਿੰਦਾ ਵੀ ਮੇਮਣੇ ਪਾਲਾਂ ਕਿ ਬੱਕਰੀਆਂ ਪਾਲਾਂ? ਮੈਨੂੰ ਖਾਸੇ ਮੈਨੂੰ ਪੁੱਛਣ ਆਉਂਦੇ ਨੇ ਜੀ, ਕੋਈ ਇਹੋ ਜਿਹੀ ਕੋਈ ਗੱਲ ਨਹੀਂ ਹੈ, ਇੱਥੇ ਨਵੇਂ ਸਰਕਾਰੀ ਹੁੰਦੇ ਨੇ ਜੀ। ਇੱਕ ਫੌਜੀ ਨੂੰ ਬੱਕਰੀਆਂ ਲਿੱਤੀਆਂ ਜੀ, ਉਹ ਕਹਿੰਦਾ ਸ਼ੇਰਾ ਮੈਨੂੰ ਬੱਕਰੀਆਂ ਪਾਣੀਆਂ ਨੇ, ਜਾਂ ਕਹਿੰਦਾ ਤੂੰ ਮੇਰੇ ਨਾਲ ਸੰਧ ਕਰ ਲੈ। ਮਹਾਂ ਬਈ ਮੈਂ ਤੇਰੇ ਨਾਲ ਸੰਧ ਨਹੀਂ ਕਰਦਾ, ਮਹਾਂ ਫੌਜੀ ਨਾਲ ਮੇਰੀ ਪੁਗਣੀ ਨਹੀਂ। ਉਹ ਕਹਿੰਦਾ ਮੈਂ ਕਿੱਲਾ ਖਰੀਦਣਾ, ਫਿਰ ਮੈਂ ਕਹਿੰਦਾ ਤੇਥੋਂ ਬੱਕਰੀਆਂ ਖਰੀਦਣੀਆਂ ਨੇ, ਮੈਂ ਬੱਕਰੀਆਂ ਖਰੀਦ ਲਿਆ, ਫਿਰ ਉਹ 4 ਬੱਕਰੀਆਂ ਮੇਰੇ ਤੋਂ ਲੈ ਗਿਆ, 1 ਕਿੱਲਾ ਖਰੀਦਿਆ ਜੀ, ਉਹਨੂੰ ਰਿਟਾਇਰ ਹੋ ਗਿਆ, 1 ਕਿੱਲਾ ਖਰੀਦਿਆ ਤੇ ਬਾਕੀ ਬੱਕਰੀਆਂ ਖਰੀਦੀਆਂ। ਹੁਣ ਇਹ ਨਹੀਂ ਹੈ ਵੀ ਇਹਦੇ ਵਿੱਚੋਂ ਉਰੇ ਵੀ ਕੰਮ ਨਹੀਂ ਹੋ ਰਿਹਾ, ਉਰੇ ਵੀ ਕੰਮ ਹੋ ਰਿਹਾ ਨੇ, ਬਥੇਰੇ ਆਉਂਦੇ ਨੇ, ਬਥੇਰੇ ਪੁੱਛਦੇ ਨੇ। ਸਹੀ ਗੱਲ, ਨਵੀਂ ਨਵੀਂ ਬੱਕਰੀਆਂ ਪਾਉਣ ਵਾਲੇ, ਫਿਰ ਉਹ ਦੂਸਰੇ ਬੰਦੇ ਕਹਿੰਦੇ ਵੀ ਗੱਬਣ ਬੱਕਰੀ ਲਈਏ, ਅੱਕ ਵੀ ਮੇਮਣੇ ਪਾਲੀਏ, ਮਹਾਲੀ ਦਿਖਾਣੀ ਤਾਂ ਹੱਥੀ ਦਿਖਾਓ, ਮਹਾਂ ਮੇਮਣਿਆਂ ਦਾ ਕੀ ਖਰੀਦੋਗੇ? ਲੈ ਵੀ ਸ਼ੇਰੇ ਦੇ 2 ਕ ਬੱਕਰੀ ਰਹਿ ਗਏ ਤੁਹਾਨੂੰ ਆਪਾਂ ਦਿਖਾਉਣਾ, ਤੇ ਗੱਲਾਂ ਵੀ ਜੀ ਕਿਵੇਂ ਲੱਗਿਆ ਕਮੈਂਟ ਜ਼ਰੂਰ ਕਰ ਦਿਓ। ਦੱਸ ਸਿਰ ਇਹਦੇ ਬਾਰੇ, ਇਹਦੇ ਬਾਲ ਜੇ ਹੈ ਹੀ ਨਹੀਂ, ਕੀ ਗੱਲਬਾਤ ਹੈ ਇਹ? ਇਹਦਾ ਬਾਲ ਬਾਈ ਉਹੀ ਤਾਂ ਗੱਲ ਹੈ, ਫਿਰ ਕਹੇਗਾ ਵੀ ਕੀ ਨੌਲੇਜ ਹੈ, ਇਹ ਜਿੱਥੋਂ ਲਿੱਤੀ ਤੀ ਇਹ ਜਮਈ ਕਿਸੇ ਜਮਈ ਗੰਜੀ ਤੀ।
पतले पिंडे दी बकरी मेरे वर्गे पतले पिंडे दर्गे पतले ठीक है। दुध किन्ना दिंदी है भाई? दुध तो हुण छल्ला ही दिंदी है। छल्ला दिंदी है? किन्नियां छल्ला दिंदी है भाई? छल्ला दिंदी है दो ढाई किलो दिंदी है। नाले तोकड़ बकरी है। ऐ कहंदी थी भी किसे ठंडा काल जा करदी भी आ जा मित्रा बह जा। अच्छा हां तोकड़ हो के बेना दिंदी है? हां इना दिंदी है। ताजी है? ताजी ताजी हैगा। इदे 3-4 किलो दूध है। 4 किलो दूध? 3-4 किलो दूध दा बेच लेना बकरी। ताही भाई यही जी हो ना लिस्सी है ताही तो देख। हां हां वो पतले पिंडे दिया भाई। पतले पिंडे दिया पतला पिंडा देख। ले दिखा भाई थान देख भाई थल्ले लगण वाले हो रहे ने। हां ए नहीं है। हां हले ले भी थान देख सकदे जी मोटे मोटे। हां इना मोटे थान ना पांदे ओदो पता लगदा फिर जिते थई गल ना। ए नहीं है भी शेरा नेरा अपनी गल्ला नाल ही चलदा होवे। हां गल्ला सच्चिया नाल भी चलदे भी दुध ऐ कहंदी भी आहा वधिया दुध दिंदी है। ठीक है स्वाद लिया दिंदी है। हां नजारा लिया दी भी तो कैसे बह जा थल्ले हुण ना लत हिलावे। ए भी लत हिलाउंदी ना? ए भी नहीं हिलाउंदी। ठीक है बकरियां सील ले सारियां। हां ठीक है सेरे सिंह मारदा बाकी सारे बकरियां सील ले। हां भाई हां ले होर लिया बकरी सेरे एक और दिखा दे फिर आप एंड कर दे वीडियो दा। वीडियो होगी भाई लंबी देख ले किन्नी। हां फिर दोबारा आप भाई एक दिन आवांगे सेरे कोले गल्ला मार के जावांगे ना। दिखा सेरे केड़ी बकरी एक रेली है बस दिखा दे दिखा दे। ए ले भी देख देंगे संगरूर चाहे हो भाई पुलिस लाइन दे जमा पिछे जरा सूआ भाई वो सूए दे उत्ते भाई सिरे का घर है जमा सूए दे उत्ते। ठीक है जी तुसी आके सिरे नू मिल भी सकते होंगे। दस सिरे ये बारे आ बकरी है मेरे साढ़ दे चल आप ही कर देना जी। आप ही कर देना? आप ही कर देना। हां बच्चे आप ही कर देना जी। खसी अपन पूरा हिसाब है फिर ताही तो दस्या थी भी हरेक चीज का हिसाब है बकरी के बारे में। सही गल है भाई। हां ते नाले की तो ट्रेनिंग नहीं ली मन लगता। ट्रेनिंग तो मैं इन्नी के लेना बस तो सुन लेंगे जरूर भी बाकी आपां नूं पता ही हुंदा भी उन्हूं क्यों नाराज करिए भी ट्रेनिंग नाले नूं। हां हां ओ फिर आकर जूगा फिर मैनूं पाणी दा नहीं पुछूगा। सही गल कहूगा भाई शेरा तां लड़ाका ही है फिर कढ़ना पैंदा उहीं लड़ी जांदा। चल ठीक है सिरे फिर है ना। हां भाई लै भी सिरे दा नंबर देवांगे स्क्रीन दे उत्ते फोन चक ली। मुर्गे एक मुर्गिया ने एक बड़ा मुर्गा शील लड़ाका पठा ही है समझ ले पठा ही है। हाँ। मुर्गियां कितनियां ने? मुर्गियां 4-5 ने। ले भी 4-5 पांच मान के चल। पांच मुर्गियां एक मुर्गा ले भी जे किसे ने वो भी भाई जी। हाँ। लेनी आना स्क्रीन दे ऊपर जेडी वीडियो चली जांदे के इनू देख लो। हां ता तुसी वो भी खरीद सकदे हो ते बकरियां भी सिरे तो खरीद सकदे होंगे। हां ठीक है सिरे। हां ठीक है भाई होर गलबात? गलबात भाई ठीक है भाई तो तुसी अपने बारे च दसो बाकी अपने भैन भाईया दा अपना प्यार बना रहे। हां ठीक है सही गल है। हां कोई गलती सलती चल ठीक है फिर चंगा सिरे चंगा भाई लै भी कर दो भाई जी सिरे दी वीडियो नू शेयर दब के शेयर कर दो भाई है ना लगभग 10 लाख बंदा देख जे कदे। हां कद कर दो शेयर कदे ठीक है कह दे मड़ा जा। हां चल 10 बंदे देख के भाग जान 10 नहीं 10 लाख 10 लाख है कोई चक्कर नहीं है अपन ठीक है जिन्ने मर्जी आओ भैन भाई मिलो ते आपा अपने मुर्गे भी बकरियां भी भी आपा ले भी सकते हैं दे भी सकते हैं ले भी कर लो। ठीक है जी वीडियो नू शेयर लाइक कमेंट जरूर कर दे के पैर जे किवें लगी भाई जी दस दो कमेंट करके धन्यवाद जी।